ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੋਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਅਤੇ ਆਪਣਾ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਮੈਂ ਹੈਗੀ ਹਾਂ ਜੀ ਫਰੀਦਕੋਟ ਤੋਂ, ਅੱਜ ਮੈਨੂੰ ਯਾਦ ਆ ਗਿਆ ਦੱਸਣਾ, ਮੈਂ ਦੱਸ ਦੇਣੀ ਤੁਹਾਨੂੰ। ਅਤੇ ਸਕਰੀਨ 'ਤੇ ਇੱਕ ਨੰਬਰ ਚੱਲ ਰਿਹਾ, ਉਹ ਆਪਣਾ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਹੈ ਸਕਰੀਨਸ਼ੋਟ ਲੈਣਾ ਇਸ ਨੰਬਰ 'ਤੇ ਵਟਸਐਪ ਕਰ ਦੇਣਾ। ਤੁਹਾਨੂੰ ਇੱਕ ਨੰਬਰ ਦੇਵਾਂਗੇ, ਆਪਣੀ ਔਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੂਗਾ ਫ੍ਰੀ ਆਫ ਸ਼ਿਪਿੰਗ। ਉਸ ਤੋਂ ਬਾਅਦ ਤੁਸੀਂ ਕੋਈ ਸ਼ਿਪਿੰਗ ਚਾਰਜਸ ਨਹੀਂ ਦੇਣੇ, ਠੀਕ ਹੈ ਜੀ। ਲਓ ਜੀ ਆਪਾਂ ਸਟਾਰਟਿੰਗ ਕਰਦੇ ਹਾਂ ਵੀਡੀਓ ਦੀ ਔਰਗੈਂਜ਼ਾ ਦੇ ਸੂਟ ਤੋਂ। ਇਹ ਹੈਗਾ ਜੀ ਔਰਗੈਂਜ਼ਾ ਦਾ ਸ਼ਰਟ। ਲਓ ਇਹਦੇ ਵਿੱਚ ਬਣੀਆਂ ਹੋਈਆਂ ਨੇ ਮੋਰਨੀਆਂ, ਤੁਹਾਨੂੰ ਦਿਖਦੀਆਂ ਹੋਣਗੀਆਂ। ਆਹ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਹੈ, ਉਲਟੀਆਂ ਦਿਖ ਰਹੀਆਂ ਨੇ ਇੱਦਾਂ। ਲਓ ਜੀ ਬਹੁਤ ਸੌਫਟ ਜਿਹਾ ਔਰਗੈਂਸ ਹੈ। ਅਤੇ ਇਹਦੇ ਵਿੱਚ ਜਿਹੜੀਆਂ ਮੋਰਨੀਆਂ ਨੇ ਉਹ ਹੈਗੀਆਂ ਗ੍ਰੀਨ ਵਾਲੀਆਂ ਡਾਰਕ, ਠੀਕ ਹੈ। ਬਹੁਤ ਸੋਹਣਾ ਲੱਗਦਾ ਇਹ ਸੂਟ। ਇਹਦੇ ਨਾਲ ਇਹ ਵਾਲੀ ਹੈਗੀ ਹੈ ਜੀ ਸਲਵਾਰ, ਸਲਵਾਰ ਮਿਲੂਗੀ ਤੁਹਾਨੂੰ ਕੋਟਨ ਦੀ, ਬੜੀ ਸੋਹਣਾ ਜਿਹਾ ਕੋਟਨ ਹੈਗਾ, ਸ਼ਾਈਨ ਜੇ ਕਰਦਾ, ਫਾਈਨ ਵਾਲੀ ਕੋਟਨ ਹੈ, 2.5 ਮੀਟਰ ਔਰ 2.5 ਮੀਟਰ, ਠੀਕ ਹੈ। ਔਰ ਪ੍ਰਾਈਸ ਰੇਂਜ ਰਹੂਗੀ ਸਿਰਫ ਅਤੇ ਸਿਰਫ 750 ਰੁਪਏ, 750 ਦੇ ਵਿੱਚ ਸੋਹਣਾ ਜਿਹਾ ਸੂਟ ਤੁਹਾਨੂੰ ਮਿਲੂਗਾ, ਸ਼ਿਪਿੰਗ ਚਾਰਜਸ ਕੋਈ ਨਹੀਂ ਦੇਣੇ। ਇਹ ਹੈਗੀ ਆ ਰੀਵਾ ਦੀ ਸਲਵਾਰ, ਅਤੇ ਇਹ ਹੈਗਾ ਜੀ ਔਰਗੈਂਜ਼ਾ ਦਾ ਸ਼ਰਟ, ਉਸੇ ਤਰ੍ਹਾਂ ਦਾ ਹੀ ਪ੍ਰਿੰਟ ਹੈ, ਬਸ ਕਲਰ ਫਰਕ ਹੈ, ਮੋਰਨਿੰਗ ਆਉਣਾ ਹੀ ਵਿੱਚ, ਠੀਕ ਹੈ। ਇਹ ਮਿਲੂਗਾ 750 ਦਾ। ਇਹ ਹੈਗਾ ਆਪਣੇ ਕੋਲ ਜਾਰਜਟ ਦੇ ਵਿੱਚ, ਇਸ ਤਰ੍ਹਾਂ ਬਣੂਗਾ, ਗੋਲਡਨ ਜਿਹਾ ਕਲਰ ਹੈ, ਬਹੁਤ ਫਾਈਨ ਜਿਹਾ ਸਟੱਫ ਹੈਗਾ। ਅਤੇ ਮੈਂ ਤੁਹਾਨੂੰ ਇਹਦਾ ਲੈਂਥ ਨਾਪ ਦਿੰਦੀ ਹਾਂ, ਲੈਂਥ ਇਹਦੀ ਰਹੂਗੀ 42.5, ਘੇਰਾ ਨਾਪ ਦਿੰਦੇ ਹਾਂ, ਘੇਰਾ ਰਹੂਗਾ ਜੀ 24। ਘੇਰਾ ਤਾਂ ਜਿੰਨਾ ਮਰਜ਼ੀ ਕਰ ਲੈਣਾ, ਵਧਾ ਨਹੀਂ ਨਾ ਸਕਦੀਆਂ, ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ, ਠੀਕ। ਅਗਲਾ ਸੂਟ ਆ ਜਿਹੜਾ ਇਹ ਹੈਗਾ ਬੋਟਲ ਗ੍ਰੀਨ ਕਲਰ ਹੈ, ਤੁਹਾਨੂੰ ਦਿਖਦਾ ਪਤਾ ਨਹੀਂ ਕਿਹੋ ਜਿਹਾ, ਇੱਥੇ ਵੀਡੀਓ 'ਚ ਕਿਸ ਤਰ੍ਹਾਂ ਦਾ ਦਿਖਦਾ ਉਹ ਆਪਾਂ ਨੂੰ ਪਤਾ ਨਹੀਂ, ਸਹੀ ਦਿਖਦਾ ਬੀਬੀ, ਠੀਕ ਹੈ। ਕਲਰ ਕਾਫੀ ਸੋਹਣਾ ਜਿਹਾ ਕਲਰ ਹੈ, ਕਾਫੀ ਡਾਰਕ ਕਲਰ ਹੈ ਇਹ, ਠੀਕ ਹੈ। ਤੇ ਘੇਰਾ ਨਾਪੀ, ਘੇਰਾ ਹੈਗਾ ਜੀ 21.5 ਹੈਗਾ ਹੀ ਹੈ, 22 ਤੱਕ ਲਿਜਾ ਸਕਦੇ ਹੋ ਆਰਾਮ ਨਾਲ ਤੁਸੀਂ ਇਹਨੂੰ, ਆਰਾਮ ਨਾਲ, ਬੜੇ ਆਰਾਮ ਨਾਲ 22 ਤੱਕ ਜਾਊਗਾ, 22.5 ਤੱਕ ਵੀ ਲਿਜਾ ਸਕਦੇ ਹੋ। ਤੇ ਲੈਂਥ ਨਾਪ ਦੀ ਹੈ ਕਿਉਂਕਿ ਗਲਾ ਬਣਿਆ ਹੋਇਆ ਇਹਦਾ, ਤੇ ਲੈਂਥ ਚੈੱਕ ਕਰਨੀ ਪਊਗੀ ਆਪਾਂ। ਤੇ ਲੈਂਥ ਇਹਦੀ ਹੈਗੀ ਹੈ ਜੀ 42.5 ਹੈ, 43 ਤੱਕ ਜਾ ਸਕਦੀ ਹੈ ਕਿਉਂਕਿ ਨੀਚੇ ਸਿੱਧੀ ਲਾਈਨ 'ਚ ਵਰਕ ਨਹੀਂ ਹੋਇਆ ਹੋਇਆ, ਗੁਲਾਈ ਗੁਲਾਈ ਕਟਾਂ ਕਟਾਂ ਜੇ ਬਣੇ ਹੋਏ ਨੇ, ਠੀਕ ਹੈ ਜੀ। ਵਾਈਟ ਦੇ ਨਾਲ ਵਰਕ ਹੋਇਆ ਹੋਇਆ ਸਿੰਗਲ ਕਲਰ, ਬਹੁਤ ਜ਼ਿਆਦਾ ਸੋਹਣਾ ਲੱਗੂਗਾ ਇਹ। ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਲੈ ਕੇ ਭਾਵੇਂ ਵਾਈਟ ਹੀ ਲੈ ਲਿਓ ਅਤੇ ਨਾਲ ਲਾ ਲਿਓ ਇੱਦਾਂ ਦੀ ਲੇਸ, ਬਹਿਜਾ ਬਹਿਜਾ ਕਰੂਗਾ ਗਰਮੀਆਂ ਦੇ ਵਿੱਚ। ਇਹ ਬਾਜੂ ਦਾ ਵਰਕ ਹੈ ਔਰ ਪ੍ਰਾਈਸ ਰੇਂਜ ਰਹੂਗੀ ਸਿਰਫ ਅਤੇ ਸਿਰਫ 1000 ਰੁਪਏ। ਅਗਲਾ ਸੂਟ ਆ ਜਿਹੜਾ ਇਹ ਵੀ ਜਾਰਜਟ 'ਤੇ ਬਣਿਆ, ਬਲਿਊ ਜਿਹਾ ਸ਼ੇਡ ਲੱਗ ਰਿਹਾ ਕੁਛ,
ਹਲਕਾ ਜਿਹਾ ਬਲੂ ਲਓ। ਇਹ ਫੁਲਕਾਰੀ ਤੇ ਬਣਿਆ ਹੋਇਆ, ਫੁਲਕਾਰੀ ਵਰਕ ਨਾਲ ਵਰਕ ਹੋਇਆ ਹੋਇਆ। ਇਹ ਹੈਗਾ ਜੀ ਘੇਰਾ 25-26 ਹੈ, ਠੀਕ ਹੈ। ਤੇ ਸਾਰੇ ਦੇ ਵਿੱਚ ਪਈ ਹੋਈ ਹੈ ਬੂਟੀ, ਲੈਂਥ ਵਾਲੇ ਨਾਪਣ ਦੀ ਲੋੜ ਨਹੀਂ ਹੈ, ਗਲਾ ਬਣਿਆ ਨਹੀਂ ਹੋਇਆ। ਤੇ ਬਾਜੂ ਦਿਖਾ ਦੇਣੀ ਆ, ਠੀਕ ਹੈ। ਜੋਰਜਟ ਵਧੀਆ ਵਾਲੀ ਲੱਗੀ ਹੈ ਤੇ ਪ੍ਰਾਈਸ ਰੇਂਜ 1000 ਰੁਪਏ, ਠੀਕ ਹੈ ਜੀ। ਅਗਲਾ ਜਿਹੜਾ ਮਸਲੀਨ ਤੇ ਬਣਿਆ ਹੋਇਆ, ਇਹ ਆਪਣੇ ਕੋਲ ਬਲੈਕ 'ਚ ਵੀ ਸੀਗੇ, ਸਾਰੇ ਨਿਕਲ ਗਏ ਆਪਣੇ ਬਲੈਕ ਵਾਲੇ। ਹੁਣ ਬਲੈਕ ਆਪਣੇ ਕੋਲ ਕੋਈ ਬਚਿਆ ਨਹੀਂ ਹੈਗਾ, ਹੁਣ ਬਚੇ ਨੇ ਆਪਣੇ ਕੋਲ ਰੈੱਡ ਦੇ ਵਿੱਚ ਸਿਰਫ 2 ਸੂਟ ਨੇ ਤੇ ਗਰਲਿਸ਼ ਜੇ ਸਟਾਈਲ ਦੇ ਸੂਟ ਨੇ ਇਹ। ਤੇ ਦੁਪੱਟਿਆਂ ਨਾਲ ਹੈ, ਗਲਾ ਵੀ ਬਣਿਆ ਹੋਇਆ ਤੇ ਇਸ ਤਰ੍ਹਾਂ ਬਣਿਆ ਹੋਇਆ ਘੇਰਾ ਵੀ ਇਹਦਾ, ਠੀਕ ਹੈ। ਤੇ ਲੈਂਥ ਰਹੂਗੀ ਜੀ ਇਹਦੀ 42.5 ਤਾਂ ਹੈਗੀ ਹੈ, 43 ਤੱਕ ਵੀ ਲਿਜਾ ਸਕਦੇ ਹੋ ਤੁਸੀਂ। ਘੇਰਾ ਵੀ ਨਾਪ ਦੇਣੀ ਆ, ਘੇਰਾ ਹੈਗਾ 23, ਠੀਕ ਹੈ। ਇਹ ਬਣਿਆ ਹੋਇਆ ਜੀ ਮਸਲੀਨ ਸਟੱਫ ਤੇ, ਬਹੁਤ ਫਾਈਨ ਜੀ ਮਸਲੀਨ ਲੱਗੀ ਹੋਈ ਹੈ ਨਾ। ਇਹ ਹੈਗਾ ਮਸਲੀਨ ਤੇ ਬਣਿਆ ਹੋਇਆ ਘੇਰਾ, ਔਰ ਲੈਂਥ ਮੈਂ ਤੁਹਾਨੂੰ ਨਾਪਤੀ ਹੈ। ਕਲਰ ਬਹੁਤ ਸੋਹਣਾ ਰੈੱਡ ਹੈ, ਠੀਕ ਹੈ। ਤੇ ਇਹਦੇ ਨਾਲ ਦੁਪੱਟਾ ਰਹੂਗਾ ਮਸਲੀਨ ਦਾ ਹੀ, ਸਿਰ ਤੇ ਟਿਕ ਜਾਂਦਾ ਹੈ, ਬਹੁਤ ਸੋਹਣਾ ਦੁਪੱਟਾ ਹੈ। ਸਾਰੇ ਤੇ ਵਰਕ ਹੋਇਆ ਹੋਇਆ, 4 ਸਾਈਡ ਕੱਟ ਵਰਕ ਹੋਇਆ ਹੋਇਆ। ਹਲੋ ਬਹੁਤ ਪਿਆਰਾ ਖੁੱਲ੍ਹਾ ਡੁੱਲਾ ਦੁਪੱਟਾ, ਜਿਵੇਂ ਮਰਜ਼ੀ ਲਓ ਤੁਸੀਂ, ਸਿਰ ਤੇ ਟਿਕ ਜਾਂਦੇ ਆ, ਤੁਹਾਨੂੰ ਪਤਾ ਹੈ ਮਸਲੀਨ ਦੇ ਦੁਪੱਟੇ, ਠੀਕ ਹੈ। ਕਲਰ ਦਾ ਭੋਰਾ ਵੀ ਫਰਕ ਨਹੀਂ ਹੈਗਾ ਸੂਟ ਨਾਲੋਂ। ਲਓ ਬਹੁਤ ਪਿਆਰਾ ਸੂਟ ਆ, ਬਹੁਤ ਜ਼ਿਆਦਾ 4 ਸਾਈਡ ਕੱਟ ਵਰਕ ਔਰ ਚਾਰੋਂ ਕੋਰਨਰਸ 'ਤੇ ਇਹ ਵਾਲਾ ਵਰਕ ਹੋਇਆ। ਪ੍ਰਾਈਸ ਰੇਂਜ ਇੰਨੇ ਜ਼ਿਆਦਾ ਸੋਹਣੇ ਸੂਟ ਦੀ ਸਿਰਫ ਤੇ ਸਿਰਫ ਰਹੂਗੀ 1450 ਰੁਪਏ। ਅਗਲਾ ਜਿਹੜਾ ਸੂਟ ਹੈ ਇਹ ਵੀ ਰੈੱਡ ਦੇ ਵਿੱਚ ਹੈ, ਪਰ ਇਹ ਬਣਿਆ ਹੋਇਆ ਜੀ ਜੋਰਜਟ ਤੇ। ਲੈਂਥ ਸੇਮ ਰਹੂਗੀ, ਘੇਰਾ ਸੇਮ ਰਹੂਗਾ, ਜਿਹੜਾ ਤੁਸੀਂ ਮਸਲੀਨ ਦੇ ਸੂਟ ਵਾਲਾ ਦੇਖ ਲਿਆ, ਵਰਕ ਸੇਮ ਰਹੂਗਾ। ਬਸ ਸਟੱਫ ਦਾ ਫਰਕ ਹੈ ਕਿ ਇਹ ਜੋਰਜਟ ਤੇ ਬਣਿਆ ਹੋਇਆ ਔਰ ਉਹ ਬਣਿਆ ਹੋਇਆ ਸੀਗਾ ਮਸਲੀਨ ਤੇ, ਕਲਰ ਇਹਦਾ ਵੀ ਰੈੱਡ ਹੈ, ਠੀਕ ਹੈ ਜੀ। ਤੇ ਇਹਦੇ ਨਾਲ ਦੁਪੱਟਾ ਹੈਗਾ ਜਿਹੜਾ ਉਹ ਜੋਰਜਟ ਦਾ, ਉੱਦਾਂ ਹੀ 4 ਸਾਈਡ ਕੱਟ ਵਰਕ ਹੋਇਆ ਹੋਇਆ ਤੇ ਕੋਰਨਰਸ ਤੇ ਇੱਦਾਂ ਫਲਾਵਰ ਬਣੇ ਹੋਏ ਨੇ ਵਰਕ ਦੇ। ਬਹੁਤ ਸੋਹਣਾ ਸੂਟ ਹੈ ਔਰ ਪ੍ਰਾਈਸ ਰੇਂਜ ਦੋਨਾਂ ਦੀ ਸੇਮ ਰਹੂਗੀ, 1450-1450 ਰੁਪਏ, ਠੀਕ ਹੈ ਜੀ। ਹਲੋ ਬਹੁਤ ਪਿਆਰੇ ਸੂਟ ਨੇ। ਅਗਲਾ ਜਿਹੜਾ ਸੂਟ ਹੈ ਇਹ ਆਪਾਂ, ਮੇਰੇ ਕੋਲ ਬਹੁਤ ਸਾਰੇ ਸੂਟ ਬਣੇ ਸੀਗੇ, ਬਹੁਤ ਪੀਸ ਬਣੇ ਸੀ ਤੇ ਸਾਰੇ ਪੀਸ ਆਪਣੇ ਨਾਲ ਦੀ ਨਾਲ ਨਿਕਲੇ ਸੀ, ਪਰ ਇਹ ਨਾ ਕਈ ਵਾਰੀ ਉਹੀ ਗੱਲ ਭੈਣਾਂ ਨੂੰ ਫਿਰ ਰਖਾ ਕੇ ਫਿਰ ਧੋਖਾ ਕਰ ਜਾਂਦੀਆਂ ਨੇ, ਫਿਰ ਮੈਂ ਤਾਂ ਹੀ ਮੈਨੂੰ ਐਂ ਹੁੰਦਾ ਵੀ ਰੱਖੀ ਨਾ ਕਿਸੇ ਲਈ ਸੂਟ, ਵੀ ਜਿਹੜਾ ਪੈਸੇ ਪਾਈ ਜਾਂਦਾ ਉਹਦੇ ਲਈ ਫਟਾਫਟ ਸੂਟ ਕੱਢੀ ਚੱਲੋ, ਅਤੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਕਹਿ ਦਿੰਦੀਆਂ ਨੇ ਜੀ ਅਸੀਂ ਰਵਾਂਗੇ, ਲਵਾਂਗੇ ਜ਼ਰੂਰ, ਪਰ ਇਹੋ ਜਿਹਾ ਸੂਟ ਰਖਾਉਂਦੀਆਂ ਨੇ ਫਿਰ ਉਹ ਸੂਟ ਬਲੌਕ ਕਰਾ ਕੇ ਰੱਖ ਦਿੰਦੀਆਂ ਨੇ। ਇਹ ਵੀ ਕਿਸੇ ਭੈਣ ਨੇ ਰਖਾਇਆ ਸੀ, ਸ਼ਾਇਦ ਉਹ ਵੀਡੀਓ ਦੇਖ ਹੀ ਰਹੇ ਹੋਣਗੇ, ਮੈਂ ਨਾਮ ਤਾਂ ਲੈਣਾ ਨਹੀਂ ਆ ਉਹਨਾਂ ਦਾ ਵੀਡੀਓ ਦੇ ਵਿੱਚ, ਮੈਨੂੰ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਨਾਮ ਲੈਣਾ। ਅਤੇ ਬਹੁਤ ਹੀ ਪਿਆਰਾ ਜਿਹਾ ਕਲਰ, ਇੰਨੇ ਪਸੰਦ ਕੀਤੇ ਗਏ ਸੀ ਇਹ ਡਿਜ਼ਾਈਨ, ਪਰ ਕਿਉਂਕਿ ਉਹਨਾਂ ਨੇ ਰਖਾ ਤਾ ਅਤੇ ਮੈਂ ਵੀ ਰੱਖ ਕੇ ਇਹੋ ਜਿਹਾ ਭੁੱਲੀ ਅਲਮਾਰੀ ਦੇ ਵਿੱਚ ਰੱਖ ਕੇ, ਅਤੇ ਵੀ ਹੁਣ ਕੱਢਿਆ ਵੀ ਇਹ ਤਾਂ ਕਿਸੇ ਨੇ ਰਖਾਇਆ ਸੀ, ਮੈਂ ਸਲਿੱਪ ਪਾ ਕੇ ਰੱਖ ਦਿੰਦੀ ਹੁੰਦੀ ਅਗਲੇ ਦੀ, ਪਰ ਇਹੋ ਜਿਹਾ ਪਲੀਜ਼ ਚੀਟਿੰਗ ਨਾ ਕਰਿਆ ਕਰੋ ਮੇਰੇ ਨਾਲ, ਮੈਨੂੰ ਚੰਗਾ ਨਹੀਂ ਲੱਗਦਾ ਇਹੋ ਜਿਹਾ। ਅਤੇ ਲੈਂਥ ਇਹਦੀ ਆਰਾਮ ਨਾਲ ਹੈਗੀ ਹੈ ਜੀ 41.5 ਤੱਕ, 42 ਕੁ ਤੱਕ ਵੀ ਜਾਊਗੀ ਇਹ, ਅਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ, ਪੈਨਲ ਵਰਕ ਹੈ। ਲਓ ਦੁਬਾਰਾ ਦੇਖ ਲਓ, ਠੀਕ ਹੈ। ਇਹ ਵੀ ਗਰਲਿਸ਼ ਜੇ ਸਟਾਈਲ ਦਾ ਸੂਟ ਹੈ, ਅਤੇ ਇੱਧਰ ਇਹਦਾ ਬਾਜੂ ਦਾ ਵਰਕ ਦੇਖੋ, ਬਾਜੂ 'ਤੇ ਵੀ ਕਾਫੀ ਵਰਕ ਹੋਇਆ ਹੋਇਆ ਦੇਖੋ,
ਤੁਸੀਂ ਦੇ ਲਓ। ਠੀਕ ਹੈ, ਬਹੁਤ ਪਿਆਰਾ ਵਰਕ ਹੋਇਆ, ਕਾਫੀ ਵਰਕ ਹੋਇਆ ਮੈਂ ਬਾਜੂ 'ਤੇ। ਸੋ ਇਹ ਇਹਦਾ ਬਾਜੂ ਦਾ ਵਰਕ ਹੈ ਔਰ ਫਰੰਟ ਵਰਕ ਹੈ, ਅਤੇ ਨਾਲ ਮਿਲੂਗਾ ਜੀ ਤੁਹਾਨੂੰ ਇਹਦੇ ਦੁਪੱਟਾ ਵੀ। ਕੰਨਿਆਂ ਤੇ ਕਾਫੀ ਜ਼ਿਆਦਾ ਕੱਟ ਵਰਕ ਹੋਇਆ ਵੇ ਔਰ ਪੱਲਿਆਂ ਤੇ ਸਿੰਗਲ ਕੱਟ ਵਰਕ ਹੋਇਆ। ਠੀਕ ਹੈ, ਔਰ ਕਲਰ ਬਹੁਤ ਜ਼ਿਆਦਾ ਸੋਹਣਾ ਤੇ ਜੋਰਜੈਟ ਬਹੁਤ ਫਾਈਨ ਲੱਗੀ ਹੋਈ ਹੈ। ਪ੍ਰਾਈਸ ਰੇਂਜ ਸੋਹਣੇ ਜਿਹੇ ਸੂਟ ਦੀ ਰਹੂਗੀ ਸਿਰਫ ਤੇ ਸਿਰਫ 1450 ਰੁਪਏ। 1450 ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੀ। ਲਓ ਜੀ ਅਗਲਾ ਸੂਟ ਦੇਖੋ, ਇਹ ਵੀ ਜੋਰਜੈਟ 'ਤੇ ਹੀ ਹੈ, ਡੋਟ ਡੋਟ ਵਾਲਾ ਗਰਲਿਸ਼ ਜਿਹੇ ਸਟਾਈਲ ਦਾ ਸੂਟ ਹੈ, ਇੱਦਾਂ ਡੋਟਸ ਬਣੇ ਹੋਏ ਨੇ, ਬਲੈਕ ਕਲਰ ਦਾ ਸੂਟ ਹੈ। ਠੀਕ ਹੈ, ਸਹੀ ਆ ਗਿਆ। ਅਤੇ ਇਹਦੇ ਨਾਲ ਹੈਗਾ ਜੀ ਇਹ ਵਾਲਾ ਦੁਪੱਟਾ, ਅੱਛਾ ਕਢਾਈ ਵੀ ਹੋਈ ਹੈ, ਹਾਂ ਨੀਚੇ ਕੱਟ ਵਰਕ ਹੋਇਆ ਹੋਇਆ। ਲਓ ਮੈਂ ਵੀ ਨਹੀਂ ਦੇਖਿਆ ਇਹ, ਆਹ ਲਓ ਜੀ ਨੀਚੇ ਹੋਇਆ ਵਾ ਇੱਦਾਂ ਕੱਟ ਵਰਕ, ਬਾਜੂ 'ਤੇ ਵੀ ਹੋਇਆ ਹੋਣਾ, ਆਹ ਸੀ ਬਾਜੂ 'ਤੇ ਨਹੀਂ ਹੈ, ਨਹੀਂ ਬਾਜੂ 'ਤੇ ਨਹੀਂ ਹੋਇਆ ਹੋਇਆ, ਇਕੱਲੇ ਘੇਰੇ 'ਤੇ ਕੱਟ ਵਰਕ ਹੋਇਆ ਹੋਇਆ। ਅਤੇ ਮੈਂ ਇਹਦਾ ਘੇਰਾ ਨਾਪ ਦਿੰਦੀ ਹਾਂ, ਘੇਰਾ ਹੈਗਾ ਜੀ ਕਾਫੀ ਇਹਦਾ 24 ਆ ਘੇਰਾ, ਘੇਰਾ ਬਹੁਤ ਆ, ਇੱਕ ਵਾਰੀ ਫਿਰ ਚੈੱਕ ਕਰ ਲਈਏ, ਹੋ ਸਕਦਾ ਬਾਜੂ 'ਤੇ ਕਿਤੇ ਹੋਇਆ ਹੋਵੇ, ਇਹਦੇ ਵਰਕ ਲੱਗ ਨਹੀਂ ਰਿਹਾ ਕਿਤੇ। ਲਓ ਜੀ ਇਹ ਹੈਗਾ ਇਹਦੇ ਨਾਲ ਦੁਪੱਟਾ, ਦੁਪੱਟਾ ਮੈਨੂੰ ਲੱਗ ਰਿਹਾ ਹੈ ਸੁਪਰਨੈੱਟ ਦਾ ਦੁਪੱਟਾ ਲੱਗਦਾ ਹੈ, ਬਹੁਤ ਸੋਫਟ ਜਿਹਾ ਦੁਪੱਟਾ ਹੈ, ਬਹੁਤ ਹੀ ਜ਼ਿਆਦਾ। ਠੀਕ ਹੈ, ਸੁਪਰਨੈੱਟ ਦਾ ਲੱਗ ਰਿਹਾ ਜੀ ਮੈਨੂੰ ਦੁਪੱਟਾ ਜੀ। ਲਓ ਇਹਦੇ 'ਤੇ ਹੋਇਆ 4 ਸਾਈਡ ਕੱਟ ਵਰਕ ਔਰ ਇੱਦਾਂ ਦੋਨੋਂ ਪੱਲਿਆਂ 'ਤੇ ਦੋ ਦੋ ਇੱਦਾਂ ਲਾਈਨਾਂ ਪਈਆਂ ਹੋਈਆਂ ਨੇ, ਵਰਕ ਦੀਆਂ ਪੈਚ ਲੱਗੇ ਹੋਏ ਨੇ ਛੋਟੇ ਛੋਟੇ। ਠੀਕ ਹੈ, ਬਹੁਤ ਪਿਆਰਾ ਜਿਹਾ ਦੁਪੱਟਾ ਹੈ ਅਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ, ਔਰ ਪ੍ਰਾਈਸ ਰੇਂਜ ਸੋਹਣੇ ਜਿਹੇ ਸੂਟ ਦੀ ਰਹੂਗੀ ਸਿਰਫ 1200 ਰੁਪਏ। ਲਓ ਜੀ ਇਹ ਵੀ ਆਪਣੇ ਕੋਲ ਲਾਸਟ ਪੀਸ ਬਚਿਆ ਹੋਇਆ, ਇਹ ਹੈਗਾ ਇਹਦਾ ਫਰੰਟ, ਠੀਕ ਹੈ ਫਲਾਵਰ ਬਣਿਆ ਹੋਇਆ ਇੱਕ, ਔਰ ਇਹ ਹੈਗੀ ਇਹਦੀ ਬੈਕ। ਠੀਕ ਹੈ ਜੀ, ਅਤੇ ਅਗਲਾ ਹੈ ਇਹਦਾ ਪਲੇਨ ਸਲਵਾਰ, ਫਾਈਨ ਜੀ ਜੋਰਜਟ 'ਤੇ ਸੂਟ ਹੈ ਇਹ ਬਲੈਕ ਕਲਰ ਦਾ, ਔਰ ਇਹ ਇਹਦੇ ਨਾਲ ਹੈ ਜੀ ਦੁਪੱਟਾ, ਦੁਪੱਟੇ ਦੇ 4 ਸਾਈਡ ਇਸ ਤਰ੍ਹਾਂ ਬਲੈਕ ਕਲਰ ਦੀ ਲੇਸ ਲੱਗੀ ਹੋਈ ਹੈ। ਠੀਕ ਹੈ, ਅਤੇ ਆਹ ਇਹਦੇ ਪੱਲਿਆਂ 'ਤੇ ਇੱਦਾਂ ਪ੍ਰਿੰਟ ਹੈ। ਠੀਕ ਹੈ, ਆਹ ਪੱਲਾ ਵੀ ਦੇਖ ਲਓ ਤੁਸੀਂ, ਪੱਲਿਆਂ 'ਤੇ ਇੱਦਾਂ ਪ੍ਰਿੰਟ ਹੈ। ਠੀਕ, ਇਹ ਸੋਹਣਾ ਜਿਹਾ ਸੂਟ ਹੈ ਜਿਹੜਾ ਉਹ ਮਿਲ ਰਿਹਾ ਸਿਰਫ ਅਤੇ ਸਿਰਫ ਤੁਹਾਨੂੰ 1000 ਦੇ ਵਿੱਚ, 1000 ਦੇ ਵਿੱਚ ਸੋਹਣਾ ਜਿਹਾ ਸੂਟ ਤੁਹਾਡੇ ਘਰ ਪਹੁੰਚ ਜਾਣਾ, ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ। ਲਓ ਜੀ ਜਿਹੜੇ ਇਹ ਵਾਲੇ ਸੂਟ ਸੀਗੇ, ਕਾਫੀ ਜ਼ਿਆਦਾ ਡਿਮਾਂਡ ਰਹੀ ਇਹਨਾਂ ਸੂਟਾਂ ਦੀ। ਮੈਂ ਪਹਿਲਾਂ ਇੱਕ ਸੂਟ ਸੀਗਾ ਮੇਰੇ ਕੋਲ ਅਤੇ ਉਹ ਮੈਂ ਵੀਡੀਓ 'ਚ ਪਾਇਆ ਸੀਗਾ ਅਤੇ ਬਹੁਤ ਭੈਣਾਂ ਨੇ ਮੰਗੇ ਸੀ, ਪਰ ਹੁਣ ਇਹ ਸੂਟ ਮੈਂ ਇੱਕ ਵਾਰ ਫਿਰ ਦੁਬਾਰਾ ਲੈ ਕੇ ਆਈ ਹਾਂ। ਇਹ ਸਿਰਫ ਅਤੇ ਸਿਰਫ ਜਿਹੜਾ ਸੂਟ ਮਿਲੂਗਾ ਤੁਹਾਨੂੰ 875 ਦੇ ਵਿੱਚ ਮਿਲ ਜੂਗਾ, ਅਤੇ ਨਾ ਤਾਂ ਇਹਦੇ 'ਤੇ ਆਵੇ ਬੂਰ, ਬੂਰ ਬਿਲਕੁਲ ਨਹੀਂ ਆਉਂਦਾ, ਬਹੁਤ ਜ਼ਿਆਦਾ ਫਾਈਨ ਸਟੱਫ ਹੈ ਜੀ ਇਹ, ਬਹੁਤ ਜ਼ਿਆਦਾ, ਕੋਈ ਬੂਰ ਆਉਣ ਦੀ ਸੰਭਾਵਨਾ ਨਹੀਂ, ਪਰ ਮੋਟਾ ਸਟੱਫ ਹੈ ਜਿਵੇਂ ਹੁਣ ਸਰਦੀ ਹੈ, ਸਰਦੀ ਵਾਲਾ ਸਟੱਫ ਹੈ, ਅਤੇ ਨਾ ਤਾਂ ਇਹ ਪਸ਼ਮੀਨਾ, ਪਸ਼ਮੀਨਾ ਤਾਂ ਇਹ ਹੈ ਨਹੀਂ ਗਾ, ਕਾਟਨ ਵਿੱਚ ਹੀ ਹੈ, ਹਾਂ ਮੋਟਾ ਮੋਟਾ ਸਟੱਫ ਹੈ, ਪਤਾ ਨਹੀਂ ਕੀ ਸਟੱਫ ਹੈ ਇਹ, ਹੁਣ ਪਸ਼ਮੀਨਾ ਤਾਂ ਨਹੀਂ ਹੈ ਇਹ, ਅਤੇ ਬਹੁਤ ਪਿਆਰਾ ਜਿਹਾ ਸਟੱਫ ਹੈਗਾ ਅਤੇ ਬਹੁਤ ਜ਼ਿਆਦਾ ਲਾਈਕ ਕੀਤਾ ਗਿਆ ਸੀ ਇਹ। ਲਓ ਇਹਦੀ ਗਰੰਟੀ ਤਾਂ ਮੈਂ ਤੁਹਾਨੂੰ ਦੇ ਦਿੰਦੀ ਹਾਂ ਕਿ ਬੁਰ ਨਹੀਂ ਆਉਂਦਾ। ਠੀਕ ਹੈ ਜੀ,
ਤੇ ਇਹ ਸੂਟ ਮਿਲ ਜੂਗਾ ਤੁਹਾਨੂੰ 875 ਰੁਪਏ ਦੇ ਵਿੱਚ। ਤੇ ਆਹ ਸੂਟ ਆ ਜਿਹੜੇ ਮੈਂ ਗਲੇਸ ਕਾਟਨ ਦੇ ਪਾਏ ਸੀ, ਬਹੁਤ ਜ਼ਿਆਦਾ ਲਾਈਕ ਕੀਤੇ ਭੈਣਾਂ ਨੇ, ਤੇ ਇੰਨੇ ਸੂਟ ਨਿਕਲੇ ਉਸ ਦਿਨ ਮੇਰੇ ਫਟਾਫਟ, ਮੈਨੂੰ ਲੱਗਦਾ ਸਾਰੇ ਸੂਟ ਨਿਕਲ ਗਏ ਸੀਗੇ, ਇੰਨੇ ਜ਼ਿਆਦਾ ਪਸੰਦ ਕੀਤੇ ਗਏ ਸੀ। ਰਾਮ ਟੈਕਸ ਦੇ ਸੂਟ ਪਾਏ ਸੀ ਆਪਾਂ, ਤੇ ਇਹ ਵਾਲਾ ਸੂਟ ਆ ਜਿਹੜਾ ਇੱਕ ਬਚਿਆ ਮੇਰੇ ਕੋਲ, ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਲਓ ਠੀਕ ਹੈ। ਜਿਹੜੀ ਸਲਵਾਰ ਹੈਗੀ ਆ ਉਹ ਪਲੇਨ ਨਹੀਂ ਹੈਗੀ, ਲਓ ਮੈਂ ਨੇੜੇ ਕਰਕੇ ਦਿਖਾ ਦਾਂ ਤੁਹਾਨੂੰ, ਸਲਵਾਰ ਪਲੇਨ ਨਹੀਂ ਹੈਗੀ, ਸੈਲਫ ਪ੍ਰਿੰਟ ਹੈ ਜੀ ਸਲਵਾਰ ਦੇ ਵਿੱਚ, ਠੀਕ ਹੈ। ਔਰ ਇਹ ਹੈਗੀ ਆ ਰਾਮ ਟੈਕਸ ਦਾ ਜੀ, ਇਹਦਾ ਸ਼ਰਟ ਹੈ, ਠੀਕ ਹੈ। ਬੀਬੀ ਫੇਰ ਦਿਖਾਊਗਾ ਡੱਬੇ 'ਚ। ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ, ਉਮੀਦ ਆ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ, ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਾਂਗੇ ਕਿਸੇ ਸੋਹਣੀ ਜਿਹੀ ਕਲੈਕਸ਼ਨ ਦੇ ਨਾਲ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।